ਰਾਮ ਸਰੂਪ ਅਣਖੀ ਦਾ ਨਾਵਲ ਪ੍ਰਤਾਪੀ ਦਾ 8ਵਾਂ ਅੰਗ। ਗੱਜਣ ਨੂੰ ਕਦੇ ਚੇਤਾ ਵੀ ਨਹੀਂ ਸੀ ਕਿ ਉਹ ਕਦੇ ਇਉਂ ਹੋ ਜਾਏਗਾ। ਜੈਮਲ ਅਚਾਨਕ ਹੀ ਮਰ ਗਿਆ ਸੀ। ਮੰਜੇ ਤੇ ਪੈ ਕੇ ਮਰਦਾ ਤਾਂ ਗੱਜਣ ਸ਼ਾਇਦ ਉਹ ਤੋਂ ਕੋਈ ਲਿਖਤ ਪੜਤ ਕਰਵਾ ਲੈਂਦਾ। ਮਰਨਾ ਤਾਂ ਉਹਨੇ ਹੈਗਾ ਹੀ ਸੀ, ਪਰ ਇਹ ਨਹੀਂ ਪਤਾ ਸੀ ਵੀ ਚੰਗਾ ਭਲਾ ਰਾਤ ਨੂੰ ਸੁੱਤਾ ਪਿਆ ਹੀ ਰਹਿ ਜਾਏਗਾ। ਹੁਣ ਕੁਝ ਵੀ ਨਹੀਂ ਹੋ ਸਕਦਾ ਸੀ। ਹੋਰ ਕੋਈ ਗੱਲ ਸ਼ਰੀਕ ਕਿਵੇਂ ਹੋਣ ਦਿੰਦੇ? ਨਵੇਂ ਕਾਨੂੰਨ ਨੇ ਪੱਟੀ ਨਾ ਵੱਜਣ ਦਿੱਤੀ। ਜ਼ਮੀਨ ਦਾ ਇੰਤਕਾਲ ਤਿੰਨਾਂ ਦੇ ਨਾਂ ਚੜ ਗਿਆ। ਗੱਜਣ, ਉਹਦੀ ਭੈਣ ਭਾਨੋ ਤੇ ਚਾਨਣ ਦੀ ਵਿਧਵਾ ਚੰਦਕੁਰ ਦੇ ਨਾਂ। ਭਾਨੋ ਨਾਲ ਗੱਜਣ ਦੀ ਚੰਗੀ ਸੱਥਣੀ ਪੈਂਦੀ ਸੀ। ਗੁਰਦਿਆਲ ਸੋਂ ਵੀ ਲਾਲਚੀ ਬੰਦਾ ਨਹੀਂ ਸੀ। ਸੋਚਦਾ ਸੀ ਸਕੀਰੀ ਬਣੀ ਰਹੇ, ਜ਼ਮੀਨ ਸਾਲੀ ਤੋਂ ਕੀ ਲੈਣਾ ਹੈ, ਵਰਤਦੇ ਰਹਾਂਗੇ ਸਾਰੀ ਉਮਰ। ਭਾਨੋ ਨੇ ਤਹਿਸੀਲਦਾਰ ਸਾਹਮਣੇ ਹੋ ਕੇ ਬਿਆਨ ਲਿਖਵਾਤਾ ਸੀ ਕਿ ਬਾਪੂ ਦੀ ਜ਼ਮੀਨ ਦਾ ਹਿੱਸਾ ਉਹਨੇ ਛੱਡਿਆ, ਇਹ ਹਿੱਸਾ ਗੱਜਣ ਸਿੰਘ ਨੂੰ ਦੇ ਦਿੱਤਾ ਜਾਏ। ਗੁੱਠਾ ਲਾ ਕੇ ਉਹਨੇ ਤਾਂ ਗੱਲ ਹੀ ਮੁਕਾਤੀ, ਪਰ ਚੰਦਕੌਰ ਦਾ ਉਹ ਕੀ ਕਰਦਾ? ਉਹਨੇ ਸੋਚਿਆ, ਇਹ ਸੋਚ ਉਹਨੂੰ ਅਚਵੀ ਲਾਈ ਰੱਖਦੀ ਕਿ ਚੰਦਕੌਰ ਇੱਕ ਦਿਨ ਆਪਣਾ ਹਿੱਸਾ ਵੇਚ ਕੇ ਪਾਰ ਜਾਏਗੀ। ਮਗਰੋਂ ਆਪਣਾ ਠਿਕਾਣਾ ਕਿਧਰੇ ਬਣਾਵੇ ਨਾ ਬਣਾਵੇ ਉਹਨੂੰ ਕੀ, ਕਿਉਂ ਨਾ ਉਹਨੂੰ ਆਪਣੇ ਆਪ ਹੀ ਘਰ ਲੈ ਆਵੇ। 16 ਘੁਮਾਈ ਕਥਾਂ ਰਹੇ। ਇਹ ਸ਼ਾਇਦ ਉਹਨੇ ਨਹੀਂ ਸੋਚਿਆ ਹੋਏਗਾ ਕਿ ਚੰਦਕੌਰ ਨੂੰ ਵੀ ਕੋਈ ਵੇਲ ਤੁੰਬੜੀ ਲੱਗ ਸਕਦੀ ਹੈ। ਜ਼ਮੀਨ ਤਾਂ ਫਿਰ ਵੀ ਖਿੰਡੇਗੀ। ਪਰ ਜੇ ਸੋਚਿਆ ਵੀ ਹੋਵੇ ਤਾਂ ਇਹ ਵੀ ਸੋਚ ਲਿਆ ਹੋਏਗਾ ਕਿ ਚਲੋ ਜ਼ਮੀਨ ਰਹੇਗੀ ਤਾਂ ਖਾਨਦਾਨ 'ਚ। ਉਸ ਦਿਨ ਸਵੇਰੇ ਜਦੋਂ ਚਾਹ ਪੀ ਕੇ ਲਹਿਰੇ ਤੋਂ ਤੁਰਿਆ ਤਾਂ ਆਨੰਦ ਕੌਰ ਕੁਝ ਨਹੀਂ ਬੋਲੀ। ਉਹਦੇ ਵੱਲ ਗੌਰ ਨਾਲ ਦੇਖਦੀ ਜ਼ਰੂਰ ਰਹੀ। ਗੱਜਣ ਨੇ ਤੁਰਨ ਵੇਲੇ ਮਲਵੀਂ ਜੀ ਜੀਭ ਨਾਲ ਫੇਰ ਆਖਤਾ ਸੀ, ਤੁਸੀਂ ਸੋਚ ਲਿਓ ਜੀ, ਫਿਰ ਕੋਈ ਸਲਾਹ ਬਣਦੀ ਹੋਈ ਤਾਂ ਸੁਨੇਹਾ ਭੇਜ ਦਿਓ, ਮੈਂ ਡੀਕੂੰਗਾ। ਚੰਦਕੌਰ ਨਾਲ ਵੀ ਕਰ ਲਿਓ ਗੱਲ। ਗੱਜਣ ਨੂੰ ਨਹੀਂ ਪਤਾ ਹੋਏਗਾ ਕਿ ਉਹ ਮਾਂ ਧੀ ਤਾਂ ਸਾਰੀ ਰਾਤ ਸੁੱਤੀਆਂ ਹੀ ਨਹੀਂ। ਇਹ ਗੱਲ ਸਿਰੇ ਨਹੀਂ ਲੱਗਦੀ ਸੀ। ਗੱਲ ਦਾ ਸਿਰਾ ਪਤਾ ਨਹੀਂ ਕਿੱਥੇ ਸੀ, ਜਿਵੇਂ ਸਭ ਕੁਝ ਹੀ ਉਲਝ ਕੇ ਰਹਿ ਗਿਆ ਹੋਵੇ। ਬਦਰੇ ਵਾਲਿਆਂ ਦਾ ਇੱਕ ਭਰਾ ਛੜਾ ਸੀ, 3 ਵਿਆਹੇ ਗਏ ਸੀ। ਇੱਕ ਪਤਾ ਨਹੀਂ ਕਿਵੇਂ ਰਹਿ ਗਿਆ ਹੋਏਗਾ। ਸਾਰਾ ਪਿੰਡ ਉਹਨੂੰ ਬੰਤ ਬੁੱਚਾ ਆਖਦਾ। ਠੱਗੀਆਂ ਮਾਰਨੀਆਂ ਤੇ ਮਰਵਾਉਣੀਆਂ ਉਹਦਾ ਕਸਬ ਸੀ। ਸੱਥ ਵਿੱਚ ਤਖਤਪੋਸ਼ ਉੱਤੇ ਉਹ ਆਪਣਾ ਸਾਫਾ ਲਾ ਕੇ ਬਹਿੰਦਾ ਤਾਂ ਵੱਡ ਰੂਪ ਲੱਗਦਾ। ਉਹਦਾ ਇੱਕ ਕੰਨ ਨਹੀਂ ਸੀ, ਕੰਨ ਦੀ ਗਲੀ ਤਾਂ ਸੀ, ਉਤਲਾ ਹਿੱਸਾ ਨਹੀਂ ਸੀ। ਇਉਂ ਜਮਾਂਦਰੂ ਸੀ। ਸੱਥ ਵਿੱਚ ਇਉਂ ਬੈਠੇ ਨੂੰ ਛੋਟੇ ਮੁੰਡੇ ਛੇੜਦੇ ਤਾਂ ਹੱਸ ਕੇ ਭੱਜ ਜਾਂਦੇ। ਕੋਈ ਉਹਦੇ ਬੁੱਚੇ ਕੰਨ ਨੂੰ ਉਂਗਲ ਲਾ ਕੇ ਟਿਚਕਾਰੀ ਮਾਰ ਜਾਂਦਾ। ਬੰਤ ਮੁੰਡਿਆਂ ਦਾ ਗੁੱਸਾ ਨਹੀਂ ਮੰਨਦਾ ਸੀ। ਉਹ ਇਹ ਤਮਾਸ਼ਾ ਰਚਣ ਲਈ ਸਾਫਾ ਲਾ ਕੇ ਬੈਠਦਾ। ਬੰਤ ਨੇ ਛੋਟੇ ਹੁੰਦੇ ਨੇ ਬੱਕਰੀਆਂ ਚਾਰੀਆਂ ਸੀ, ਜਵਾਨੀ ਪੈਰੇ ਭੇਡਾਂ ਰੱਖੀਆਂ। ਉਹਨਾਂ ਦਿਨਾਂ 'ਚੋਂ ਸ਼ਰਾਬ ਵੀ ਕੱਢਣ ਲੱਗ ਪਿਆ ਸੀ। ਸ਼ਰਾਬ ਕੱਢਦਾ ਤੇ ਵੇਚਦਾ, ਤੌੜੇ ਪਾਈ ਰੱਖਦਾ। ਭੇਡਾਂ ਵੇਚਤੀਆਂ ਤੇ ਫਿਰ ਇਸੇ ਕੰਮ 'ਤੇ ਹੋ ਗਿਆ। ਠੇਕੇਦਾਰ ਨੇ ਉਹਦਾ ਕਈ ਵਾਰ ਤੌੜ ਫੜਵਾਇਆ ਸੀ। ਪੁਲਿਸ ਉਹਨੂੰ ਕੁੱਟਦੀ ਵੀ, ਪਰ ਪੈਸੇ ਲੈ ਕੇ ਛੱਡ ਦਿੰਦੀ। ਦਾਰੂ ਦਾ ਕੰਮ ਛੱਡ ਕੇ ਉਹ ਫੀਮ ਵੇਚਣ ਲੱਗਿਆ। ਪਸ਼ੂਆਂ ਦੇ ਸੌਦੇ ਕਰਾਉਂਦਾ, ਵਿੱਚੋਂ ਪੈਸੇ ਖਾ ਜਾਂਦਾ। ਝੂਠੀ ਗੱਲ 'ਤੇ ਗੁਰਦੁਆਰੇ ਜਾ ਕੇ ਨੇਮ ਚੁੱਕਣਾ ਉਹਦੇ ਲਈ ਮਾਮੂਲੀ ਗੱਲ ਸੀ। ਉਹ ਅਗਲੇ ਨਾਲ ਬਹੁਤੀ ਬਹਿਸ ਨਾ ਕਰਦਾ, ਖੜਾ ਖੜਾ ਬਾਬੇ ਧੀਰੂ ਦੀ ਸਮਾਧ ਵੱਲ ਹੱਥ ਕਰ ਦਿੰਦਾ। ਆਖਦਾ, ਜੀ ਝੂਠ ਹੋਵੇ ਮੈਨੂੰ ਬਾਬਾ ਪੱਟੇ, ਤੇ ਜਾਂ ਕਹਿਣ ਵਾਲੇ ਨੂੰ ਪੱਟੇ। ਅਗਲਾ ਚੁੱਪ ਹੋ ਜਾਂਦਾ। ਵੱਡੇ ਭਰਾ ਨੂੰ ਪ੍ਰਤਾਪੀ ਦੀ ਭੂਆ ਵਿਆਹੀ ਹੋਈ ਸੀ। ਬੰਤ ਉਹ ਤੋਂ ਛੋਟਾ ਸੀ। ਛੋਟੇ ਦੋਵੇਂ ਇੱਕੋ ਘਰੇ ਵਿਆਹੇ ਹੋਏ ਸੀ, ਪਰ ਫਿਰ ਅੱਡ ਹੋ ਗਏ। ਪ੍ਰਤਾਪੀ ਦੀ ਭੂਆ ਵੀ ਅੱਡ ਸੀ। ਤਿੰਨਾਂ ਦਾ ਅੱਡ ਚੁੱਲ੍ਹਾ ਸੀ, ਅੱਡ ਖੇਤੀ ਦਾ ਕੰਮ। ਛੜਾ ਸਭ ਤੋਂ ਛੋਟੇ ਕੀਤੂ ਦੇ ਚੁੱਲ੍ਹੇ 'ਤੇ ਸੀ। ਉਹਨੇ ਆਪਣੀ ਹਿੱਸੇ ਦੀ ਜ਼ਮੀਨ ਵੀ ਉਹਨੂੰ ਦੇ ਰੱਖੀ ਸੀ। ਬੰਤ ਆਪ ਡੱਕਾ ਦੂਰਾ ਨਹੀਂ ਕਰਦਾ ਸੀ, ਬਸ ਖੁੱਲ੍ਹ ਖੇਡ ਕੇ ਰਹਿੰਦਾ। ਕੀਤੂ ਉਹਨੂੰ ਆਖਦਾ ਵੀ ਕੁਛ ਨਾ। ਕਿਵੇਂ ਆਖਦਾ? ਉਹਦੀ ਜ਼ਮੀਨ ਵਾਹੁੰਦਾ ਸੀ। ਜ਼ਮੀਨ ਦੀ ਇੰਨੀ ਪੈਦਾਵਾਰ ਆਉਂਦੀ ਤੇ ਫਿਰ ਉਹਨੇ ਇਹ ਜ਼ਮੀਨ ਆਖਰ ਨੂੰ ਕੀਤੂ ਦੇ ਜਵਾਕਾਂ ਨੂੰ ਹੀ ਦੇਣੀ ਸੀ। ਤੇ ਵੱਡੀ ਭਰਜਾਈ ਨਾਲ ਬੰਤ ਦੀ ਖਟਪਟ ਸੀ। ਉਹਦੇ ਉੱਤੇ ਤਾਂ ਉਹ ਦੰਦ ਵੱਢਦਾ, 100 ਕੁਫਰ ਤੋਲਦਾ। ਆਖਦਾ, ਇਹ ਮਾਲਾਂ ਵਾਲੀ ਤਾਂ ਡੈਣ ਆ ਡੈਣ, ਇਹ ਤੋਂ ਤਾਂ ਰੱਬ ਡਰੇ ਕੁੱਤੀ ਤੋਂ। ਇਸੇ ਨੇ ਆ ਕੇ ਸਾਰਾ ਘਰ ਖੱਖੜੀਆਂ ਕਰੇਲੇ ਕੀਤਾ, ਕੱਲੇ ਕੱਲੇ ਕਰਤੇ ਸਾਰੇ। ਮੈਨੂੰ ਤਾਂ ਇੱਕ ਦਿਨ ਸਿੱਧੇ ਮੂੰਹ ਰੋਟੀ ਨਹੀਂ ਫੜਾਈ, ਧੀ ਦੇ ਜਾਰਦੀ ਨੇ। ਗੱਜਣ ਬਦਰੇ ਆਉਂਦਾ ਜਾਂਦਾ ਜਾਣਾ ਹੀ ਸੀ। ਜਦੋਂ ਸਕੀਰੀ ਸੀ ਤੇ ਬੰਤ ਨਾਲ ਉਹਦੀ ਸੱਥਰੀ ਪੈਂਦੀ, ਤੇ ਜਦੋਂ ਜਾਂਦਾ ਬੰਤ ਹੀ ਉਹਦੀ ਦਾਰੂ ਦਾ ਢਾਂਸ ਕਰਦਾ। ਉਹਨਾਂ ਦੇ ਬਾਹਰਲੇ ਘਰ ਬੈਠ ਕੇ ਉਹ ਦਾਰੂ ਪੀਂਦੇ, ਬੰਤ ਗੱਲਾਂ ਸੁਣਾਉਂਦਾ। ਗੱਜਣ ਹੱਸਦਾ, ਫੇਰ ਤਾਂ ਫੁੱਫੜ ਤੈਥੋਂ ਡਰਨਾ ਚਾਹੀਦਾ, ਤੂੰ ਤਾਂ ਜਮਾਈ ਭਾਈ ਹੈ, ਤੇਰੇ ਨਾਲ ਨਹੀਂ ਇਹ ਗੱਲ। ਪਰ ਤੂੰ ਐਂ ਜਾਣ ਲੈ, ਮੈਂ ਬੰਦੇ ਵੇਚ ਖਾਦੇ ਆ, ਇੰਨੀ ਪਾਵਰ ਹੈ ਮੇਰੇ 'ਚ। ਬੰਤ ਫੜ ਮਾਰਦਾ, ਕੋਈ ਨਹੀਂ ਫੁੱਫੜਾ, ਤੈਨੂੰ ਵਰਤਾਂਗੇ ਕਦੇ, तू तो काम का बंदा है, गज्जण उन्होंने होर चढ़ा दिंदा। तू डाह के देखी भभूके वांगू मच जाएंगे केरों तो फिर ढाला होके उदास बोल कढ़दा, ये की करिए भाई गज्जण सिया, आ थोड़े वाली भूआ ने बेड़ा बहाता जिद्दण दी आई है, पशु ही घर का नास मारता। समझ बहुती गल की है। उन्हां दी भैण नंदकुर जदों रंडी हो गई सी, लहरे बहुता बनती जांदा हुंदा सी। कई कई दिन उत्थे बैठा रहिंदा, साथ च बैठ के नंदकुर दे शरीकां ते रोह पाउंदा, उगदियां पताल मारी जांदा, पत्थर तोलदा। लोग की समझदे सच्ची इह तां बड़ा भैड़ा आदमी है। नंदकुर आप भी उहदियां फोकियां गल्लां तों अक्की होई सी, पर हुण उहनूं अपणे घर रख के राजी सी। चाहे कुछ भी बंदा तां सी, बंदे दा बड़ा आसरा हुंदा। ओह आखदी वे बच्चिया, पिपल थले बैठा जड़ांगे मारदा रहना है, खेत भी कदे जाया कर, लोग वट्टां ना वाही जांदे। हुण दस किहने भन्नियां तेरी वट, उंगल कर साले दा हत्थण नूं गोडा तोड़ देना। उच्ची बोल के जवाब दिंदा। नंदकुर लई इन्ना ही बहुत सी। लहरे वालियां दा कोई सुनिया नहीं आया सी ते एक दिन गज्जण बदरे गया। भूआ कोल बिंद झट बैठ के उस हत्थ जाके खड़ा ते बंत दी सूह लई। किसी ने दस्या भी वह इस वक्त बाबे धीरू की समाध पर बैठा ताश खेड रहा है। धीरू की समाध का गज्जण नूं पता सी, उधर नूं हो गया। बाबा धीरू की समाध पिंड दे छिप दे पासे उच्चे टिल्ले ते बनी सी। पहला कदे इत्थे सिर्फ समाध हुंदी, पक्कियां इट्टां दे उत्ते सीमेंट फेरिया होया। समाध उत्ते कुटिया भी सी ते उहनूं जिहनूं तख्ते लगे हुए सी। कुंडा लगदा किल पत्तियां वाले टाली दे लक्कड़ दे मजबूत तख्ते लक्कड़ बंद ठंडी हो चुकी सी। जुगाट हुई, पता नहीं कितने सालों तो उन्होंने तेल घ्यो वाले हथ लगते रहे होणगे। कुटिया उत्ते सीमेंट नहीं, पुराने जमाने का चूना सी। मंगलवार नूं बाबे दा चूरमा वंडिया जांदा। सुखां लाउण वालियां बुढ़ियां कुड़ियां ये चूरमा वंड के जांदियां। मंगलवार नूं पाली मुंडे दिन ढले बाबे दी समाध ते आके बैठदे ते सुखां दी उडीक करन लगदे। वीर 20 वरे पहलां टिल्ले दे आले दुआले थल्ले तो उतां तक पक्कियां इट्टां दा ला के इनू मजबूत करता गया सी। नहीं तो तीजे चौथे साल टिल्ले उत्ते नवीं मिट्टी चढ़ाउणी पैंदी। मीहां दे दिनां च मिट्टी खुर खुर के थल्ले आउंदी रहिंदी सी। टिल्ले दे उत्ते भी जंगला बना के सारा पक्का फर्श लाता गया। कुटिया दे एक पासे खड़े वरियां पुराने निम दा भी बगल मारता। सियालां च निघी धुप्प सेकण लई बुढ़े ठेरे इत्थे आ के बैठदे ते गल्लां मारदे। हाड़ दे दिनां च निम दी दरवाजे अर्गी छां सी। वेले लोग कपड़ा विछा के सुत्ते रहिंदे या ताश खेडदे। पिंड दा चौकीदार कदे कदे निम दा कूड़ा संभर जांदा। गज्जण समाध दियां अद्धियां पौड़ियां ही चढ़िया सी कि उहनूं लोकां दा रौला सुणिया जिवें उह लड़ झगड़ रहे होण। उच्चे हरखी बोल, कोई शब्द समझ पैंदा सी कोई नहीं। उह तां गया तां देखिया गोल घेरा बना के 6-7 बंदे बैठे सी। थल्ले बोरियां विछाइयां, वो थां दी थां बैठे झूठ बोल रहे थे। सिर्फ शब्दों की लड़ाई। वो समझ गया ये तो ताश की झूठी मुठी की लड़ाई है। उहदे वल किसी की निगाह नहीं पई। उन्हां दे बिल्कुल नेड़े जा खड़ा तां भी उहनूं किसी ने नहीं बुलाया, पर उहने बंत नूं पछाण लिया सी। उहदे मोढे ते हत्थ धरिया तां वो गज्जण नूं पछाण के खड़ा हो गया। हत्थ मिलाया, सुख सांत पुछण लग्या। फिर पुछया, कदों आया? बस समझ लै, सीधा ही तुरया होना। गज्जण ने आख्या, बस एक बिंद ठहर, मैं बाजी पूरी कर ਲਾਂ, फिर चलदे घर नूं। वो फिर बैठ गया। सुट्टे पे पत्तियां नूं हत्थ ला के देखण लग्या। ਉਹਦੇ ਹੱਥ 'ਚ 3 ਪੱਤੇ ਸੀ। गज्जण ਤਾਂ ਨਿੰਮ ਦੀ ਡਾਹਣਿਆਂ ਵੱਲ ਝਾਕ ਰਿਹਾ ਸੀ। ਬੰਤ ਨੇ ਸਰਾਂ ਦਾ ਹਿਸਾਬ ਕਰਕੇ ਆਪਣੀ ਥਾਂ ਤੇ ਆਪਣੇ ਨਾਲ ਬੈਠੇ ਬੰਦੇ ਨੂੰ ਬਿਠਾਇਆ ਤੇ ਖੜਾ ਹੋ ਗਿਆ। ਤੋ ਘਰ ਨੂੰ ਤੁਰ ਪਏ। ਰਾਹ 'ਚ ਬੰਤ ਉਹਨੂੰ ਫਸਲਬਾੜੀ ਦਾ ਪੁੱਛਣ ਲੱਗਿਆ। गज्जण का मन काला पिया सी। वो चाहता सी उहनूं अपने मन की गल आख दवे, पर उहदी सोच मुड़दी बैठ के गल करनी चाहिए। ये कोई निक्की मोटी गल नहीं, बहुत वड्डा मसला है। तो की पता बंत की जवाब देगा, तो हो सकता है वह गाली पै जाए। आखिर है तो उहदी अपनी भाणजी, पर वह अपने पिंडों धार के ही तुरया सी। भी बंत लालची बंदा है, लालच विच उच्चा नीवा नहीं देखता। तो फिर है भी पढ़ा, तो वो तारीफ करो वड्डियां फड़ा मारन ते उतर आएगा। बंत उन्होंने कीतू दे घर लै गया। कहंदा, अपने घर बैठांगे यार, आपदी बुक्कल च। गज्जण यही चाहता सी। कीतू घर नहीं सी। कीतू दी बहू ने चाह धर ली। चाह पी के बंत पुछण लग्या, पहला ये दस अज आया किवें? बस उवें ही चित्त कर आया। मैं क्या मिल के आइए। ਗੱਜਣ इस ढंग नाल बोलिया जिवें ਉਹਦਾ ही असली जवाब ना होवे। ना इन्नी गल तां नहीं, ਵਿੱਚੋਂ कोई होर गल है। इन्ने महीने हो गए पहला ना कदे आ गया। ਕੰਮਾਂ ਧੰਦਿਆਂ 'ਚ ਕਿੱਥੇ ਆਇਆ ਜਾਂਦਾ ਹੈ ਯਾਰ। ਗੱਜਣ ਹਾਲੇ ਵੀ ਸਧਾਰਨ ਸੀ। ਉਹੀ ਤਾਂ ਮੈਂ ਕਹਿੰਦਾ, ਹਾਏ ਰੱਬਾ ਵੀ ਕੰਮ ਧੰਦਾ ਛੱਡ ਕੇ ਹੀ ਬੰਦਾ ਕਿਸੇ ਗੱਲ ਨੂੰ ਆਉਂਦਾ ਹੈ। ਤੂੰ ਕਿੱਥੇ ਨਿਕਲਿਆ ਜਾਂਦਾ ਹੈ ਕਿ ਉਹ ਕਿੱਥੇ ਨਿਕਲਿਆ ਜਾਂਦਾ ਘਰਾਂ 'ਚੋਂ। ਬੰਤ ਉਹਨੂੰ ਖੁਰਚਣ ਲੱਗ ਪਿਆ। ਜਦੋਂ ਉਹਨੇ ਖੇੜਾ ਹੀ ਨਾ ਛੱਡਿਆ ਤਾਂ ਗੱਜਣ ਕਹਿੰਦਾ, ਕੰਮ ਵੀ ਦੱਸ ਤੂੰ। ਪਤੰਦਰਾ ਪਹਿਲਾਂ ਬੈਠ ਤਾਂ ਲਈਏ ਸੂਤ ਹੋ ਕੇ। ਉਹ ਸੂਤ ਹੀ ਬੈਠਿਆ, ਹੋਰ ਕੀ। ਉਹ ਕੜੂ ਹਾਲੇ ਹੁਣ ਤੇਰਾ। ਬੰਤ ਹੱਸਣ ਲੱਗ ਪਿਆ। ਫਿਰ ਬੋਲਿਆ, ਤੂੰ ਬੈਠ, ਮੈਂ ਕਰਦਾ ਪਤਾ। ਪਰਲੇ ਗਵਾੜ ਬਚਣਾ ਬੁੜਾ ਕੱਢਦਾ ਹੁੰਦਾ ਹੈ। ਕੀਤੂ ਦੀ ਬਹੂ ਨੂੰ ਦਾਲ ਭਾਜੀ ਦੀ ਸਮਝੌਤੀ ਦੇ ਕੇ ਬੰਤ ਘਰੋਂ ਬਾਹਰ ਹੋ ਗਿਆ। ਕੀਤੂ ਦੀ ਬਹੂ ਵਿਹੜੇ 'ਚ ਦਿਸੀ ਤਾਂ ਗੱਜਣ ਨੇ ਝੱਟ ਦੇ ਕੇ ਆਖਤਾ, ਭੂਆ ਮੱਥਾ ਟੇਕਦਾ। ਉਹ ਮੱਥਾ ਮੰਨ ਕੇ ਜੋਗੀਪੁਰ ਦੀ ਸੁੱਖ ਸਾਂਦ ਪੁੱਛਣ ਲੱਗੀ। ਫਿਰ ਆਪ ਹੀ ਦੱਸਿਆ, ਚੰਦਕੁਰ ਤਾਂ ਹਾਲੇ ਬੈਠੀ ਹੈ ਭਾਈ, ਉਵੇਂ ਜਿਵੇਂ ਬੜਿਆ ਨਹੀਂ ਕੋਈ ਟਿਕਾਣਾ ਵਿਚਾਰੀ ਦਾ। ਕਿਵੇਂ ਕਰਨਗੇ ਭੂਆ, ਮੈਨੂੰ ਤੈਨੂੰ ਤਾਂ ਬਿੜਕ ਹੋਣੀ ਹੈ। ਦੇਖੋ ਭਾਈ ਕਿਸਮਤ ਉਹਦੀ। ਉਹ ਅੰਦਰ ਬੈਠਕ 'ਚ ਮੰਜੇ 'ਤੇ ਬੈਠਾ ਸੀ। ਕੀਤੂ ਦੀ ਬਹੂ ਬਾਰ ਮੂਹਰੇ ਖੜੀ ਉਹਦੇ ਨਾਲ ਗੱਲਾਂ ਕਰ ਰਹੀ ਸੀ। ਗੱਲਾਂ ਮੁਕਾ ਕੇ ਕੀਤੂ ਦੀ ਬਹੂ ਨੇ ਆਪਣੇ ਆਟੇ ਵਾਲੇ ਹੱਥ ਝਾੜੇ ਤੇ ਸਬਾਤ ਵੱਲ ਜਾਣ ਲੱਗੀ। ਇੰਨੇ ਨੂੰ ਬੰਤ ਆ ਗਿਆ। ਡੱਬ 'ਚੋਂ ਬੋਤਲ ਕੱਢ ਕੇ ਬਿਨਾਂ ਤਖਤਿਆਂ ਦੀ ਅਲਮਾਰੀ 'ਚ ਰੱਖਤੀ। ਕਹਿੰਦਾ, ਦੇਖੋ ਕਹੀ ਜੀ ਨਿਕਲਦੀ ਹੈ, ਬੰਦਾ ਤਾਂ ਖਰਾ। ਤੂੰ ਹੁਣੇ ਕੰਮ ਛੱਡ ਦਿੱਤਾ? ਗੱਜਣ ਨੇ ਪੁੱਛਿਆ। ਕਿਹੜਾ? ਆਹ ਦਾਰੂ ਕੱਢਣ ਦਾ। ਕੰਜਰ ਦਾ ਬਾਈ ਵੈਰ ਬਾਹਲਾ ਕਰਨਾ ਪੈਂਦਾ, ਬਚਦਾ ਬਚਾਉਂਦਾ ਕੁਛ ਹੈ ਨਹੀਂ। ਕਦੇ ਕਦੇ ਕਰ ਵੀ ਲਈਦਾ, ਪਰ ਪਹਿਲਾਂ ਵਾਂਗ ਨਹੀਂ। ਨਹੀਂ ਤਾਂ ਅੱਜ ਕਾਹਨੂੰ ਲਾਉਂਦੇ ਪੈਸੇ। ਬੈਠਕ 'ਚ ਇੱਧਰ ਉੱਧਰ ਗਲਾਸ ਭਾਲਦਾ ਉਹ ਬੋਲ ਰਿਹਾ ਸੀ। ਫਿਰ ਪਾਣੀ ਦਾ ਡੋਲੂ ਭਰ ਲਿਆ, ਗੰਢੇ ਤੇ ਅੰਬ ਦਾ ਅਚਾਰ ਵੀ। ਉਹ ਪੀਣ ਲੱਗੇ। ਸੌਣ ਦਾ ਮਹੀਨਾ ਸੀ। ਇੱਕ ਦਿਨ ਪਹਿਲਾਂ ਮੀਂਹ ਪੈ ਕੇ ਹਟਿਆ ਸੀ। ਉਸ ਦਿਨ ਹਵਾ ਵਗ ਰਹੀ ਸੀ, ਇਸ ਕਰਕੇ ਮੌਸਮ 'ਚ ਇੰਨੀ ਗਰਮੀ ਨਹੀਂ ਰਹਿ ਗਈ ਸੀ। ਉਹਨਾਂ ਨੇ ਮੰਜੇ ਬੈਠਕ ਦੇ ਬਾਹਰ ਮੂਹਰੇ ਕੱਢ ਲਏ। ਬੰਤ ਕਹਿੰਦਾ, ਅੰਦਰ ਤਾਂ ਐਵੇਂ ਹੀ ਬੈਠੇ ਰਹੇ ਯਾਰ। ਇੱਥੇ ਦੇਖ ਬਣਿਆ ਪਿਆ ਨਾ ਸ਼ਿਮਲਾ। ਉਹ ਦੋ ਪੈਗ ਲੈ ਚੁੱਕੇ ਸੀ। ਦਾਰੂ ਚੰਗੀ ਸੀ। ਬੰਤ ਨੇ ਗੱਲ ਉਧਰਿਆਈ। ਹਾਂ ਹੁਣ ਦੱਸ, ਹੁਣ ਤਾਂ ਸੂਤ ਹੋ ਲਏ ਆਪਾਂ, ਹੁਣ ਦੱਸ ਕੰਮ। ਮੈਂ ਤਾਂ ਬਸ ਇਸੇ ਕਰਕੇ ਆਇਆ ਤੇਰੇ ਕੋਲ, ਇਹ ਤੇਰੇ ਕਰਨ ਦਾ ਹੀ ਹੈ। ਤੂੰ ਮੂੰਹੋਂ ਵੀ ਫੁੱਟ। ਅੱਡੀ ਕਿਹੜੀ ਲੰਕਾ ਸਰ ਕਰਨੀ ਹੈ, ਸਭ ਹੋ ਜੂ। ਜਿੰਨੇ ਜੋਗੇ ਹੈਗੇ ਆ ਕਰਾਂਗੇ। ਬਸ ਐਂ ਸਮਝ ਲੈ, ਤੈਥੋਂ ਬਿਨਾਂ ਇਹ ਕਹਾਣੀ ਸਿਰੇ ਲੱਗ ਹੀ ਨਹੀਂ ਸਕਦੀ। ਬੰਤ ਨੇ ਗਲਾਸਾਂ 'ਚ ਹੋਰ ਪਾਈ। ਫਿਰ ਪਾਣੀ ਪਾ ਕੇ ਕਹਿੰਦਾ, ਪਹਿਲਾਂ ਇਹ ਪੀ, ਅਜੇ ਕੁਛ ਕੱਚਾ ਹੈ। ਕੋਈ ਗੱਲ ਤੇਰੇ ਸੰਗ 'ਚ ਅੜੀ ਬੈਠੀ ਹੈ, ਫੇਰੇ ਦੇਣੀ ਅੰਦਰ ਜਾਊ ਤਾਂ ਗੱਲ ਬਾਹਰ ਆਊਗੀ ਤੇਰੇ ਢਿੱਡੋਂ। ਗੱਜਣ ਨੇ ਦਿਮਾਗ 'ਤੇ ਬੋਝ ਪਾਇਆ। ਹੁਣ ਤਾਂ ਆਖ ਹੀ ਦੇਵਾਂ, ਹੁਣ ਵੇਲਾ ਹੈ। ਉਹਨੇ ਗਲਾਸ ਖਾਲੀ ਕੀਤਾ ਤੇ ਕਹਿਣ ਲੱਗਿਆ, ਦੇਖ ਬੰਤ ਸਿਆ, ਤੇਰੀ ਭਾਣਜੀ ਐ ਤਾਂ ਮੇਰੀ ਵੀ ਕੁਛ ਲੱਗਦੀ ਹੈ। ਮੇਰਾ ਛੋਟਾ ਭਾਈ ਨਹੀਂ ਸੀ, ਮੇਰਾ ਤਾਂ ਪੁੱਤ ਸੀ ਪੁੱਤ। ਮੈਥੋਂ ਚੰਦਕੁਰ ਦਾ ਸੰਤਾਪ ਝੱਲਿਆ ਨਹੀਂ ਜਾਂਦਾ, ਜਾਂ ਤਾਂ ਉਹਦਾ ਠਿਕਾਣਾ ਹੋ ਜਾਂਦਾ ਕਿਧਰੇ। ਦੇਖ ਲੈ ਮੁੜ ਕੇ ਉਹੀ ਦਿਨ ਆ ਗਏ। ਸਾਲ ਤੋਂ ਉੱਤੇ ਹੋ ਗਿਆ। ਉਹਦਾ ਕੁਛ ਕਰੀਏ ਆਪਾਂ। ਕੀ ਕਰੀਏ ਯਾਰ, ਕੰਜਰ ਦਾ ਕੰਜਰ ਕੋਈ ਧਾਈ ਨਹੀਂ ਧਰਦਾ। ਬਥੇਰਾ ਫਿਰ ਲਿਆ। ਮੈਂ ਤਾਂ ਕੁਮਾਰਾ ਮੁੰਡਾ ਤਾਂ ਕੋਈ ਮਿਲਦਾ ਹੀ ਨਹੀਂ। ਕੋਈ ਦਹਾਜੂ ਬੇਸ਼ੱਕ ਟੱਕਰ ਜੇ, ਦਹਾਜੂ ਵੀ ਗਾਹਾਂ ਜਵਾਕਾਂ ਵਾਲੇ ਮਿਲਦੇ ਆ। ਭੈਣ ਸਾਡੀ ਕਹਿੰਦੀ ਇਹ ਨਹੀਂ ਕਰਨਾ। ਚੰਦਕੁਰ ਕੀ ਆਖਦੀ ਹੈ? ਗੱਜਣ ਨੇ ਪੁੱਛਿਆ। ਉਹਨੇ ਵਿਚਾਰੀ ਨੇ ਕੀ ਆਖਣਾ, ਉਹਨੂੰ ਤਾਂ ਜਿੱਥੇ ਬਿਠਾ ਦਿਆਂਗੇ ਬੈਠ ਜੂਗੀ, ਉਹ ਤਾਂ ਗਊ। ਤਾਂ ਫਿਰ ਮੇਰਾ ਤਾਂ ਇਹੀ ਹੈ ਕੰਮ। ਬਸ ਇਸੇ ਕਰਕੇ ਆਇਆ ਮੈਂ ਤੇਰੇ ਕੋਲ। ਕਿਵੇਂ? ਮੇਰੀ ਅਕਲ 'ਚ ਬੈਠੀ ਨਹੀਂ ਤੇਰੀ ਗੱਲ। ਬੰਤ ਨੇ ਆਪਣਾ ਸਿਰ ਗੱਜਣ ਵੱਲ ਖਾਸਾ ਹੀ ਝੁਕਾ ਲਿਆ। ਬਸ ਇਹੀ ਬਈ, ਤੂੰ ਆਪਦੀ ਭੈਣ ਨੂੰ ਮਨਾ, ਤੂੰ ਸਭ ਕਰ ਸਕਦਾ। ਗੱਜਣ ਹੌਲੀ ਹੌਲੀ ਬੋਲ ਰਿਹਾ ਸੀ। ਬੰਤ ਸਿੱਧਾ ਹੋ ਕੇ ਬੈਠ ਗਿਆ। ਉੱਚਾ ਬੋਲ ਕੱਢਿਆ, ਗੱਜਣਾ ਅੱਜ ਕਹਾਣੀਆਂ ਬਹੁਤ ਪਾਉਣਾ ਯਾਰ। ਸਿੱਧੀ ਗੱਲ ਆਖ ਜੇ ਹੈ ਕੋਈ। ਸਿੱਧੀ ਗੱਲ ਤਾਂ ਇਹੀ ਹੈ ਫਿਰ ਬਈ। ਮੈਂ ਉਹ ਉੱਤੇ ਸੱਚਾ ਪਾਤਸ਼ਾਹ ਦੇਖਦਾ, ਚੰਦਕੁਰ ਨੂੰ ਪ੍ਰਤਾਪੀ ਨਾਲੋਂ ਉੱਤੋਂ ਦੀ ਰੱਖੂੰ। ਤੂੰ ਇਹ ਸਿਰੇ ਲਾ ਦੇ, ਤੂੰ ਲਾ ਸਕਦਾ। ਬਸ ਤੇਰੇ ਕਰਨ ਦੀ ਗੱਲ ਹੈ। ਮੈਂ ਸਾਰੀ ਉਮਰ ਤੇਰੇ ਪੈਰ ਧੋ ਪੀਊਂਗਾ। ਗੱਜਣ ਅੱਧਾ ਕੁਦਾ ਹੋ ਕੇ ਬੈਠ ਗਿਆ। ਬੰਤ ਨੇ ਸਿਰ ਦਾ ਸਾਫਾ ਲਾ ਲਿਆ। ਕੇਸਾਂ 'ਚ ਖੁਰਕ ਕਰਨ ਲੱਗਿਆ। ਫਿਰ ਬੁੱਚੇ ਕੰਨ ਦੀ ਗਲੀ 'ਚ ਚੀਚੀ ਪਾਈ ਤੇ ਗੱਜਣ ਵੱਲ ਕਣਖਾ ਝਾਕਿਆ। ਗੱਜਣ ਨੂੰ ਉਹ ਤੋਂ ਡਰ ਲੱਗ ਰਿਹਾ ਸੀ, ਪਤਾ ਨਹੀਂ ਹੁਣ ਕੀ ਬੋਲੇਗਾ। ਬੰਤ ਬੋਲਿਆ, ਮੇਰੀ ਤਾਂ ਲਹਿ ਗਈ ਸਾਰੀ। ਇਹ ਕੀ ਸੋਚਿਆ ਤੈਂ? ਉਹ ਤੈਨੂੰ ਨਹੀਂ ਪਸੰਦ ਤਾਂ ਛੱਡ ਦਿੰਦੇ ਆ ਖਿਆਲ। ਗੱਜਣ ਜਿਵੇਂ ਭੈ ਮੰਨ ਗਿਆ ਹੋਵੇ। ਬੰਤ ਦਾਲ ਦੀ ਕੌਲੀ ਲੈਣ ਚਲਾ ਗਿਆ। ਗੱਜਣ ਧਰਤੀ 'ਚ ਨਿੱਘਰ ਨਾਲਾ ਹੋਇਆ ਬੈਠਾ ਸੀ। ਉਹਦੀ ਸੱਚਮੁੱਚ ਹੀ ਸਾਰੀ ਉਤਰ ਗਈ, ਜਿਵੇਂ ਦਾਰੂ ਨਹੀਂ, ਇਹ ਫੋਕਾ ਪਾਣੀ ਸੀ। ਬੰਤ ਦਾਲ ਦੀ ਕੌਲੀ 'ਚ ਖਾਸਾ ਸਾਰਾ ਘਿਓ ਪਵਾ ਕੇ ਲਿਆਇਆ, ਵਿੱਚ ਚਮਚਾ ਵੀ, ਪਰ ਗੱਜਣ ਦੀ ਕੌਲੀ ਵੱਲ ਕੋਈ ਨਿਗਾਹ ਨਹੀਂ ਸੀ। ਕੀਤੂ ਦੀ ਵੱਡੀ ਕੁੜੀ ਕਿੱਲੇ ਉੱਤੇ ਲਾਲਟਨ ਟੰਗ ਕੇ ਚਲੀ ਗਈ ਤਾਂ ਬੰਤ ਬੋਲਿਆ, ਚੱਲ ਹੋਰ ਪਾ, ਹੁਣ ਤੂੰ ਹੀ ਪਾ, ਪਹਿਲਾਂ ਵੀ ਤੂੰ ਪਾਉਣਾ। ਗੱਜਣ ਨੇ ਮੱਥੇ 'ਤੇ ਹੱਥ ਫੇਰਿਆ, ਜਿਵੇਂ ਆਪਣਾ ਚਿੱਤ ਲੋਟ ਕਰਨਾ ਚਾਹੁੰਦਾ ਹੋਵੇ। ਨਾ, ਇਹ ਪੈਗ ਤੂੰ ਪਾ। ਗੱਜਣ ਨੇ ਬੋਤਲ ਚੱਕ ਲਈ। ਬੰਤ ਨੇ ਦੇਖਿਆ ਉਹਦਾ ਹੱਥ ਕੰਬ ਰਿਹਾ ਸੀ। ਗਲਾਸ ਖਾਲੀ ਕਰਕੇ ਬੰਤ ਬੋਲਿਆ, ਇਹ ਤਾਂ ਕਸੂਤੇ ਰਾਹ ਪੈ ਗਿਆ ਤੂੰ, ਇਹ ਕਿਵੇਂ ਹੋ ਜੂ ਬਈ? ਇਸੇ ਕਰਕੇ ਤਾਂ ਤੇਰੇ ਨਾਲ ਗੱਲ ਕੀਤੀ ਹੈ। ਤੂੰ ਦੱਸ ਹੁਣ ਤੇਰੇ ਚਿੱਤ ਲੱਗਦੀ ਹੈ ਕਿ ਨਹੀਂ? ਗੱਜਣ ਸਲਾਹ ਲੈਣ 'ਤੇ ਉੱਭਰ ਆਇਆ। ਊਂ ਤਾਂ ਕੋਈ ਡਰ ਨਹੀਂ, ਦੇਖ ਲੈ, ਸੋਚ ਵਿਚਾਰ ਕਰ ਲੈ। ਬੰਤ ਨੇ ਸੋਚ ਸੋਚ ਕੇ ਜਵਾਬ ਦਿੱਤਾ ਤੇ ਫਿਰ ਸਾਫੇ ਦੇ ਵਾਲ ਕੱਢ ਕੇ ਦੁਬਾਰਾ ਬੰਨਣ ਲੱਗਿਆ। ਜ਼ੋਰ ਲਾਉਣਾ ਪਊ ਭਾਈ, ਥੋੜ੍ਹੇ ਖਟਕੜੇ ਤਾਂ ਇਹ ਸਿਰੇ ਚੜ੍ਹਦੀ ਦੀਂਦੀ ਨਹੀਂ। ਗੱਜਣ ਮੂੰਗੀ ਦੀ ਦਾਲ ਨੂੰ ਮੀਟ ਵਾਂਗੂ ਸਵਾਦ ਲੈ ਲੈ ਖਾਣ ਲੱਗਿਆ। ਉਹਨੂੰ ਲੱਗਿਆ ਜਿਵੇਂ ਲਾਲਟੈਨ ਦਾ ਚਾਨਣ ਪਹਿਲਾਂ ਨਾਲੋਂ ਤਿੱਖਾ ਹੋ ਗਿਆ ਹੋਵੇ। ਜ਼ੋਰ ਤਾਂ ਬਹੁਤ ਲਾਉਣਾ ਪਊ, ਆਨੰਦਪੁਰ ਐਵੇਂ ਨਹੀਂ ਮੰਨਣ ਵਾਲੀ। ਬੰਤ ਸੂਤ ਹੋ ਕੇ ਬੈਠ ਗਿਆ, ਜਿਵੇਂ ਗੱਜਣ ਨੂੰ ਹੋਰ ਸੁਣਨਾ ਚਾਹੁੰਦਾ ਹੋਵੇ। ਨਾਲੇ ਭਾਈ, ਘਰ ਦੀ ਇੱਜ਼ਤ ਘਰ 'ਚ ਰਹਿਣੀ ਹੈ, ਇਹ ਕੋਈ ਛੋਟੀ ਗੱਲ ਹੈ? ਗੱਜਣ ਨੇ ਬੋਤਲ ਵੱਲ ਨਿਗਾਹ ਮਾਰੀ, ਥੋੜ੍ਹੀ ਬਾਕੀ ਰਹਿੰਦੀ। ਉਹਨੇ ਆਪਣੇ ਗੀਜੇ 'ਚ ਹੱਥ ਮਾਰਿਆ। ਢਾਠੀ 'ਚ ਬਲੇਟੇ ਨੋਟਾਂ ਦੀ ਥਹੀ ਵਿੱਚੋਂ 10 ਦਾ ਇੱਕ ਪੱਤਾ ਕੱਢ ਕੇ ਬੰਤ ਵੱਲ ਹੱਥ ਵਧਾਇਆ, ਕਹਿੰਦਾ, ਲੈ ਇੱਕ ਹੋਰ ਲਿਆ, ਥੋੜ੍ਹੇ ਤਾਂ ਨਹੀਂ? ਬੰਤ ਕਹਿੰਦਾ, ਇਹ ਤਾਂ ਵਾਧੂ ਨੇ, ਪਰ ਨਾਲ ਦੀ ਨਾਲ ਬੋਲਿਆ, ਤੂੰ ਇਹ ਤਾਂ ਰੱਖ, ਮੈਂ ਘਰੇ ਹੀ ਦੇਖਦਾ, ਸ਼ਾਇਦ ਅਧੀਆ ਪਊਆ ਪਿਆ ਹੋਵੇ ਕਿਸੇ ਖੂੰਜੇ, ਇੰਨੀ ਆਪਾਂ ਹੋਰ ਕਿੰਨੀ ਕੁ ਪੀ ਲਾਂਗੇ। ਬੰਤ ਜਦੋਂ ਨੂੰ ਅੰਦਰੋਂ ਸਵਾਦ 'ਚੋਂ ਠੇਕੇ ਦੀ ਦੇਸੀ ਸ਼ਰਾਬ ਦਾ ਅਧੀਆ ਲੈ ਕੇ ਆਇਆ, ਗੱਜਣ ਨੇ 100 ਦੇ 5 ਨੋਟ ਗਿਣ ਕੇ ਅੱਡ ਕੱਢ ਰੱਖੇ ਸੀ। ਉਹਨਾਂ ਨੇ ਇੱਕ ਪੈਗ ਪੀਤਾ। ਉਹ ਖਾਸੇ ਤਰਾਰੇ 'ਚ ਸੀ। ਗੱਜਣ ਨੇ ਤੈਅ ਕੀਤੇ 500 ਦੇ ਨੋਟਾਂ ਨੂੰ ਚੋਰੀ ਜਿਹੇ ਹੱਥ 'ਚ ਫੜਿਆ ਤੇ ਉਹਨਾਂ ਨੂੰ ਬੰਤ ਦੀ ਜੇਬ 'ਚ ਪਾ ਦਿੱਤਾ। ਕਹਿੰਦਾ, ਆਹ ਤੂੰ ਰੱਖ ਲੈ ਬੰਤ ਸੇ, 100 ਲੋੜ ਪੈ ਜਾਂਦੀ ਹੈ। ਬੰਤ ਜਿਵੇਂ ਟੱਪ ਉੱਠਿਆ ਹੋਵੇ ਬੋਲਿਆ, ਇਹ ਕੀ? ਉਹ ਕੀ ਕਹਿਆ? ਬਸ ਬੋਲਣਾ ਨਹੀਂ, ਹੁਣ ਤੂੰ ਜਾਣ, ਮੈਂ ਤਾਂ ਸੁਰਖਰੂ ਹਾਂ। ਬੰਤ ਨੇ ਇੱਕ ਵਾਰੀ ਫੇਰ ਆਪਣੀ ਜੇਬ 'ਤੇ ਹੱਥ ਧਰਿਆ ਤੇ ਬੋਲਿਆ, ਅੱਛਾ ਕੋਈ ਨਹੀਂ, ਵਿਚਾਰ ਕਰ ਲਾਂਗੇ। ਕੀਤੂ ਦੀ ਵੱਡੀ ਕੁੜੀ ਨੇ ਆ ਕੇ ਕਿਹਾ, ਤਾਇਆ ਰੋਟੀ ਲਿਆਵਾਂ? ਧੰਨਵਾਦ। ਚੱਲਦਾ।